ਕੰਟਰੋਲ ਰੂਮ ਤੋਂ ਕਿ ਇੱਕ ਜੱਸ ਹੌਸਪੀਟਲ ਦੇ ਲਾਗੇ ਡੈੱਡ ਬੋਡੀ ਪਈ ਆ। ਫਿਰ ਮੌਕੇ ਤੇ ਅਸੀਂ ਆਏ ਆ ਤੇ ਇਹਨਾਂ ਦੇ ਪਰਿਵਾਰਕ ਮੈਂਬਰਾਂ ਨਾਲ ਤਾਲਮੇਲ ਕੀਤਾ ਵਾ, ਉਹਨਾਂ ਪੁੱਛਿਆ ਵਾ। ਉਹ ਕਹਿੰਦੇ ਵੀ ਅਸੀਂ ਕੱਲ੍ਹ ਇੱਥੇ ਲੱਕੀ ਪੈਲਸ ਵਿੱਚ ਵਿਆਹ ਵਿੱਚ ਆਏ ਸੀਗੇ ਤੇ ਅਸੀਂ ਬਾਕੀ ਸਾਰਾ ਪਰਿਵਾਰ ਚੱਲ ਗਏ ਤੇ ਇਹਨਾਂ ਨੇ ਮੋਟਰਸਾਈਕਲ ਤੇ ਆਉਣਾ ਸੀਗਾ ਤੇ ਇਹ ਕਿਤੇ ਪੈਦਲ ਹੀ ਆ ਰਹੇ ਤੇ ਇੱਥੇ ਡਿੱਗ ਪਏ ਆ, ਖਾਲੀ ਪਲਾਟ ਲਾਗੇ ਰੋਡ ਦੇ ਉੱਪਰ ਹੀ ਸਾਈਡ ਤੇ। ਇਹਦੀ ਠੰਡ ਕਰਕੇ ਜਿਹੜੀ ਆ ਉੱਠਿਆ ਨਹੀਂ ਗਿਆ ਇਹਨਾਂ ਕੋਲ, ਪਤਾ ਹੀ ਇਸ ਕਰਕੇ ਇਹਨਾਂ ਦੀ ਠੰਡ ਕਰਕੇ ਮੌਤ ਹੋ ਗਈ। ਇਹਨਾਂ ਦਾ ਕੋਈ ਨਾਮ ਪਤਾ ਜੇ ਕਿੱਥੋਂ ਰਹਿਣ ਵਾਲੇ? ਇਹ ਇਹਨਾਂ ਦਾ ਨਾਮ ਬਿਕਰਮਜੀਤ ਸਿੰਘ ਸਨਮ ਤਰਲੋਕ ਸਿੰਘ ਆ, ਵਾਸੀ ਪਿੰਡ ਨਵੀਪੁਰ ਆ। ਇਹ ਤਾਂ ਉਹਨਾਂ ਨੇ ਵਾਰਸਾਂ ਨੂੰ ਬੁਲਾਇਆ, ਵਾਰਸੀ ਆ ਚੁੱਕੇ ਨੇ ਹੁਣ, ਜੋ 174 ਦੀ ਕਾਰਵਾਈ ਜਿਹੜੀ ਆ ਉਹ ਲਿਆਂਦੀ ਜਾ ਰਹੀ ਆ। ਬਿਕਰਮ ਸਿੰਘ ਪੁੱਤਰ ਤਰਲੋਕ ਸਿੰਘ, ਕਿੱਥੇ ਰਹਿਣ ਵਾਲੇ ਆ? ਅਸੀਂ ਨਵੀਪੁਰ ਕਲੋਨੀ ਹਰਜੋ ਸਿੰਘ ਰੋਡ। ਕੀ ਗੱਲਬਾਤ ਹੋਈ ਸਰ ਜੀ? ਕੀ ਗੱਲਬਾਤ ਹੋਈ ਸਰੀ? ਗੱਲਬਾਤ ਕਿੱਥੇ ਵਿਆਹ ਆਏ ਸੀ ਕੱਲ੍ਹ, ਅਸੀਂ ਸਾਡੇ ਦੋਹਤੇ ਦਾ ਵਿਆਹ ਸੀ, ਉੱਥੇ ਵਿਆਹ ਵੇਖਿਆ ਤੇ ਖਾਂਦੇ ਪੀਂਦੇ ਸਾਰੇ ਚ ਅਸੀਂ ਇਹਨੂੰ ਕਿਹਾ ਵੀ ਚੱਲ ਚੱਲੀ ਜਾਂਦਾ ਵੀ ਮੈਂ ਆਉਂਦਾ ਠਹਿਰ ਕੇ, ਆਹ ਗੱਲ ਸੀ, ਬਾਕੀ ਕੋਈ ਗੱਲ ਨਹੀਂ। ਅਸੀਂ ਸਾਰਾ ਟੱਬਰ ਚੱਲ ਗਏ ਹਾਂ, ਇਹ ਸਾਨੂੰ ਫਿਰ ਪੁਲਿਸ ਨੇ ਦੱਸਿਆ। ਹਾਂ ਤਾਂ ਕਿਹਾ ਉੱਧਰ ਚਲਾ ਗਿਆ ਹੋਵੇਗਾ ਆਪੇ ਆ ਜੀ, ਇਹ ਕੰਮ ਕਰਦਾ ਸੀ ਸੇਲਸ ਐਂਡ ਸਰਵਿਸ ਇੰਜੀਨੀਅਰ ਸੀ ਆਪਣੇ ਆਹ ਕੰਪਨੀਆਂ ਦਾ ਤਗੜਾ, ਤੇ ਉਹ ਕੰਮ ਕਰਦਾ ਸੀ ਇੱਥੇ ਅੰਮ੍ਰਿਤਸਰ ਦੀ ਕੰਪਨੀ ਨਾਲ ਉਹਦੇ ਨਾਲ। ਜਵਾਨ ਨੇ ਬੱਚੇ ਪੜ੍ਹਦੇ ਨੇ।